ਇਹ ਤਸਵੀਰਾਂ ਚਪੇੜ ਹਨ ਉਹਨਾਂ ਤਾਕਤਾਂ ਦੇ ਮੂੰਹ ਉੱਪਰ ਜੋ ਹਿੰਦੂ ਮੁਸਲਿਮ ਫਸਾਦ ਦੇ ਬੀਜ ਬੀਜਦੀਆਂ ਰਹੀਆਂ ਹਨ, ਮੁਸਲਿਮ ਭਾਈਚਾਰੇ ਖਿਲਾਫ ਜ਼ਹਿਰ ਭਰਦੀਆਂ ਰਹੀਆਂ ਹਨ, ਮੁਲਕ ਦੇ ਸਮਾਜਿਕ ਤਾਣੇ ਬਾਣੇ ਦੀਆਂ ਰਗਾਂ ਵਿੱਚ ਫਿਰਕੂ ਜ਼ਹਿਰ ਦੇ ਟੀਕੇ ਲਗਾ ਰਹੀਆਂ ਹਨ। ਰਾਮ ਨਾਮ ਸੱਤ ਹੈ ਉਚਾਰਦੇ ਇਹ ਮੁਸਲਿਮ ਇੱਕ ਹਿੰਦੂ ਦੀ ਅਰਥੀ ਨੂੰ ਮੋਢਾ ਦੇ ਰਹੇ, ਉਹ ਮਿਸਾਲ ਪੇਸ਼ ਕਰ ਰਹੇ ਹਨ ਆਪਸੀ ਭਾਈਚਾਰੇ ਤੇ ਜਵਾਬ ਦੇ ਰਹੇ ਹਨ। ਮੁਲਕ ਵਿੱਚ ਫਿਰਕੂ ਜ਼ਹਿਰ ਭਰਨ ਵਾਲੀਆਂ ਤਾਕਤਾਂ ਨੂੰ ਕਿ ਸਮਾਜ ਨੂੰ ਵੰਡਣ ਵਾਲੀਆਂ ਉਹਨਾਂ ਦੀਆਂ ਕੋਝੀਆਂ ਚਾਲਾਂ ਕੰਮ ਨਹੀਂ ਆਉਣਗੀਆਂ। ਹਿੰਦੂ ਪੱਟੀ ਵਜੋਂ ਜਾਣੇ ਜਾਂਦੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੂੰ ਪੂਰੇ ਮੁਲਕ ਨੂੰ ਜੋ ਸੁਨੇਹਾ ਦਿੱਤਾ ਹੈ ਉਹ ਕਾਬਲੇ ਤਾਰੀਫ ਹੈ। ਜਿਸ ਮੁਸਲਿਮ ਧਰਮ ਖਿਲਾਫ ਲਗਾਤਾਰ ਜ਼ਹਿਰ ਉਗਲਿਆ ਜਾਂਦਾ ਰਿਹਾ ਹੈ, ਕੋਰੋਨਾ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਪਾ ਹਮਲੇ ਹੋ ਰਹੇ ਹਨ। ਇੰਦੌਰ ਵਿੱਚ ਉਸੇ ਮੁਸਲਿਮ ਸਮਾਜ ਵੱਲੋਂ ਇੱਕ ਬਜ਼ੁਰਗ ਹਿੰਦੂ ਔਰਤ ਦਾ ਅੰਤਿਮ ਸੰਸਕਾਰ ਖੁਦ ਕਰਵਾਇਆ ਗਿਆ। ਅਸਲ ਵਿੱਚ ਇੰਦੌਰ ਦੇ ਸਾਊਥ ਤੋੜਾ ਇਲਾਕੇ ਵਿੱਚ 65 ਵਰਿਆਂ ਦੀ ਦ੍ਰੋਪਦੀ ਬਾਈ ਦਾ ਦੇਹਾਂਤ ਹੋ ਗਿਆ ਸੀ। ਲਾਕਡਾਊਨ ਕਰਕੇ ਕੋਈ ਰਿਸ਼ਤੇਦਾਰ ਤੇ ਉਸਦੇ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ਮੌਕੇ ਪਹੁੰਚਣ ਵਿੱਚ ਅਸਮਰੱਥ ਸਨ। ਇਸ ਗੱਲ ਦਾ ਪਤਾ ਮੁਹੱਲੇ ਦੇ ਮੁਸਲਿਮ ਭਾਈਚਾਰੇ ਨੂੰ ਲੱਗਾ ਤਾਂ ਉਹ ਇਕੱਠੇ ਹੋ ਕੇ ਸਾਹਮਣੇ ਆਏ। ਪੂਰੇ ਹਿੰਦੂ ਰਸਮੋ ਰਿਵਾਜ ਨਾਲ ਦ੍ਰੋਪਦੀ ਬਾਈ ਦਾ ਸੰਸਕਾਰ ਕੀਤਾ ਗਿਆ। ਅਰਥੀ ਨੂੰ ਸ਼ਮਸ਼ਾਨ ਘਾਟ ਤੱਕ ਪਹੁੰਚਾਉਣ ਸਮੇਤ ਸੰਸਕਾਰ ਦੀ ਸਾਰੀ ਜ਼ਿੰਮੇਵਾਰੀ ਮੁਸਲਿਮ ਪਰਿਵਾਰਾਂ ਵੱਲੋਂ ਸਾਂਭੀ ਗਈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਤਸਵੀਰ ਸ਼ੇਅਰ ਕਰ ਇਸ ਭਾਵਨਾ ਦੀ ਤਾਰੀਫ ਕੀਤੀ ਹੈ। ਇਕੱਲੇ ਇੰਦੌਰ ਹੀ ਨਹੀਂ, ਇਹ ਤਸਵੀਰਾਂ ਮੁਲਕ ਦੇ ਕਈ ਹਿੱਸਿਆਂ ਨੂੰ ਸਾਹਮਣੇ ਆਈਆਂ ਹਨ। ਬੁਲੰਦ ਸ਼ਹਿਰ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਇੱਕ ਹਿੰਦੂ ਦੇ ਅੰਤਿਮ ਸੰਸਕਾਰ ਮੌਕੇ ਮਦਦ ਕੀਤੀ ਗਈ, ਅਰਥੀ ਨੂੰ ਮੋਢਾ ਦਿੱਤਾ ਗਿਆ। ਉਠਾਉਣ ਵਾਲਾ ਕੋਈ ਹਿੰਦੂ ਭਾਈ ਹਮਾਰਾ ਨਹੀਂ ਆਇਆ, ਸਾਰੇ ਮੁਸਲਮਾਨ ਲੋਕ ਉਸ ਲੈ ਕੇ ਆਏ ਉਸਕੀ ਚਿਤਾ ਕੀ ਤਿਆਰੀ ਕਰ ਰਹੇ ਹੈ ਔਰ ਉਸਕੋ ਚਿਤਾ ਮੇ ਰਖਨੇ ਵਾਲੇ ਹੈ। ਬੜੇ ਅਫਸੋਸ ਕੀ ਬਾਤ ਹੈ ਕਿ ਹਮਾਰੇ ਹਿੰਦੂ ਭਾਈ ਵੀ ਇਤਨਾ ਵੋ ਹੋ ਗਿਆ ਕਿ ਆਜ ਤੱਕ ਉਸਕੋ ਲਾਣੇ ਕੇ ਲਈ ਉਠਾਣੇ ਕੇ ਲਈ ਪੈਦਾ ਨਹੀਂ ਹੋਏ। ਵੈਸੇ ਕਹਤੇ ਕਿ ਯੂ ਕਰੋ ਯੂ ਕਰੋ ਯੂ ਕਰੋ, ਆਜ ਇਹ ਮੁਸਲਮਾਨ ਹੀ ਦੁੱਖ ਦਰਦ ਮੇ ਕਾਮ ਆਤੇ ਹੈ। ਮੁੰਬਈ ਦੇ ਬਾਂਦਰਾ ਤੋਂ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਪ੍ਰੇਮਚੰਦਰ ਬੁੱਧਲਾਲ ਮਹਾਵੀਰ ਜੋ ਕਿ ਬਾਂਦਰਾ ਦੇ ਗਰੀਬ ਨਗਰ ਦਾ ਰਹਿਣ ਵਾਲਾ ਸੀ, ਉਸਦੇ ਦੇਹਾਂਤ ਤੋਂ ਬਾਅਦ ਅੰਤਿਮ ਰਸਮਾਂ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਸਹਿਯੋਗ ਦਿੱਤਾ ਗਿਆ। ਰਾਜਸਥਾਨ ਨਾਲ ਸੰਬੰਧਿਤ ਮਹਾਵੀਰ ਦਾ ਲੰਘੇ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। ਲਾਕਡਾਊਨ ਕਰਕੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਨਹੀਂ ਪਹੁੰਚ ਸਕੇ ਤਾਂ ਗਵਾਂਢੀ ਮੁਸਲਿਮ ਪਰਿਵਾਰ ਮਦਦ ਲਈ ਅੱਗੇ ਆਇਆ। ਉਹ ਮਹਾਵੀਰ ਦੀ ਮ੍ਰਿਤਕ ਦੇਹ ਸ਼ਮਸ਼ਾਨ ਘਾਟ ਤੱਕ ਲੈ ਕੇ ਗਏ, ਖੁਦ ਰਾਮ ਨਾਮ ਸੱਤ ਹੈ ਉਚਾਰ ਦੀ ਸੰਸਕਾਰ ਕਰਕੇ ਆਏ। ਮਹਾਵੀਰ ਦਾ ਪੁੱਤਰ ਹੁਣ ਉਹਨਾਂ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਤਾਂ ਯੂਸਫ ਸਦੀਕ ਸ਼ੇਖ ਨਾਮੀ ਉਸਦੇ ਗਵਾਂਢੀ ਦਾ ਕਹਿਣਾ ਕਿ ਇਸ ਔਖੀ ਘੜੀ ਵਿੱਚ ਅਸੀਂ ਆਪਣਾ ਫਰਜ਼ ਨਿਭਾਇਆ ਹੈ, ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ। ਸੋ ਇਹ ਤਸਵੀਰਾਂ ਮੁਲਕ ਦੇ ਕੋਨੇ ਕੋਨੇ ਤੋਂ ਸਾਹਮਣੇ ਆ ਰਹੀਆਂ ਹਨ। ਇਹ ਇੱਕ ਉਮੀਦ ਦੀ ਕਿਰਨ ਜਗਾਉਂਦੀਆਂ ਹਨ ਕਿ ਹਿੰਦੂ ਮੁਸਲਿਮ ਫਸਾਦ ਕਰਵਾਉਣ ਤੇ ਉਤਾਰੂ ਤਾਕਤਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਵੀ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਹੈ। ਜਿਸ ਮੁਸਲਿਮ ਭਾਈਚਾਰੇ ਦੀ ਖਿਲਾਫਤ ਕਰਦਿਆਂ ਉਹ ਨਿਤ ਦਿਨ ਲੋਕਾਂ ਦੇ ਮਨਾਂ 'ਚ ਜ਼ਹਿਰ ਭਰਦੇ ਹਨ, ਉਹੀ ਮੁਸਲਿਮ ਭਾਈਚਾਰਾ ਇੱਕ ਹਿੰਦੂ ਦੇ ਸੰਸਕਾਰ ਲਈ ਜਿਸ ਸ਼ਿੱਦਤ ਨਾਲ ਅੱਗੇ ਆ ਰਿਹਾ ਹੈ, ਮਦਦ ਕਰ ਰਿਹਾ ਹੈ, ਇਹ ਕਾਬਲੇ ਤਾਰੀਫ ਹੈ। ਇਹ ਤਸਵੀਰਾਂ ਸਕੂਨ ਦੇਣ ਵਾਲੀਆਂ ਹਨ। ਇੱਕ ਪਾਸੇ ਜਿੱਥੇ ਮੀਡੀਆ ਦਾ ਇੱਕ ਵੱਡਾ ਹਿੱਸਾ ਕੋਰੋਨਾ ਮਹਾਮਾਰੀ ਵਿੱਚ ਵੀ ਹਿੰਦੂ ਮੁਸਲਿਮ ਐਂਗਲ ਲੱਭ ਲੋਕ ਮਨਾਂ ਵਿੱਚ ਜ਼ਹਿਰ ਭਰ ਰਿਹਾ ਹੈ, ਤਿੰਨ ਤਸਵੀਰਾਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।